ਆ ਕੱਲ ਮੈਂ ਕੁਝ ਵਾਈ ਵੀ ਸੁਣ ਰਿਹਾ ਸੀ ਥੋੜੀ ਜਿਹੀ ਕੋਈ ਉਹਦੇ ਜੀ ਜ਼ਿਮੀਦਾਰ ਆਖੇ 25 ਮਣ ਰੱਖ ਸਕਦਾ ਉਹ ਬਾਈ ਮੇਰਿਆ ਮੈਂ 6500 ਰੁਪਈਏ ਨੂੰ ਬੀ ਲੈ ਕੇ ਪਾਇਆ 6500 ਰੁਪਈਏ ਨੂੰ ਜਿੰਨੀ ਕਣਕ ਮੈਂ ਬੀਜੀ ਨਾ 7 ਕਿਲੇ ਕਣਕ ਹੈ 6500 ਰੁਪਈਏ ਨੂੰ ਮਣ ਬੀ ਲੈ ਕੇ ਪਾਇਆ ਤੇ ਸਾਨੂੰ ਗਵਰਨਮੈਂਟ ਕੀ ਦੇ ਰਹੀ 3900 ਹਾਂਜੀ ਤੇ ਅੱਗੇ ਕੀ ਕਰਨਾ ਤੁਸੀਂ ਆਖੇ ਰੱਖਣੀ 25 ਮਣ ਕਿਉਂ ਜੀ ਅਸੀਂ 25 ਮਣ ਕਿਉਂ ਰੱਖੀਏ ਇਹ ਮੁਲਕ ਅਸੀਂ ਬਣਾਇਆ ਹੈ ਹਾਂਜੀ ਇਹਨੇ ਮੁਲਕ ਅਸੀਂ ਮਾਜਰ ਹੈ ਹਾਂਜੀ ਜ਼ਿਲ੍ਹੇ ਫਿਰੋਜ਼ਪੁਰ ਚੋਂ ਆਏ ਸਾਡੇ 3 ਨੰਬਰ ਤੇ ਜ਼ਮੀਨ ਛੱਡ ਕੇ ਐਡੀ ਗੱਲ ਨਹੀਂ ਹੈ ਇੰਨੇ ਮਰੇ ਵੀ ਨਹੀਂ ਅਸੀਂ ਇਹ ਜ਼ਿਮੀਦਾਰ ਮਹਿਕਮਾ ਜਿਹੜਾ ਹੈ ਨਾ ਇਹਨਾਂ ਯਤੀਮ ਯਹੂ ਮਹਿਕਮਾ ਹੈ ਨਾ ਦੀ ਕੋਈ ਯੂਨੀਅਨ ਹਾਲਾਂਕਿ ਤੁਸੀਂ ਸਾਲੋ ਵੀ ਜਿਹੜੀ ਸਾਡੀ ਪਾਰਲੀਮੈਂਟ ਅਸੈਂਬਲੀ ਹੈ ਹਾਂਜੀ ਉਹਦੇ ਵਿੱਚ 90% ਜਿਹੜੇ ਨਾ ਉਹ ਜ਼ਿਮੀਦਾਰ ਬੈਠੇ ਠੀਕ ਹੈ ਜੀ ਮੈਂ ਹੁਣ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਸਹੀ ਠੀਕ ਹੈ ਜੀ ਲੇਕਿਨ ਤੁਸੀਂ ਦੇਖੋ ਕਿ ਉੱਥੇ ਸਾਰੇ ਜੱਟ ਬੈਠੇ ਆ ਕੋਈ ਗੁੱਜਰ ਬੈਠਾ ਕੋਈ ਮਹਿਰ ਸਾਹਿਬ ਬੈਠੇ ਬਜਾਲ ਕੀ ਹੈ ਕਿ ਉਹ ਉੱਥੇ ਬੋਲ ਪੈਣ ਵੀ ਸਾਡੇ ਸਾਡੇ ਇਲਾਕੇ 'ਚ ਖਾਦ ਨਹੀਂ ਲੱਭਦੀ ਜਾਂ ਸਾਡੇ ਇਲਾਕੇ 'ਚ ਯਾਰ ਪਾਣੀ ਨਹੀਂ ਹੈਗਾ ਨਾ ਬਿਲਕੁਲ ਯਤੀਮ ਜਾਊ ਗੂੰਗੇ ਬਣ ਕੇ ਬੈਠੇ ਰਹਿੰਦੇ ਬਸ ਅੱਲਾਹ ਖੈਰ ਕਰੇ ਇਸ ਮੁਲਕ ਦੀ ਜ਼ਿਮੀਦਾਰ ਸਿਰਫ ਵੋਟਾਂ ਪਾਉਣਗੇ ਵੋਟਾਂ ਸਿਰਫ ਇਹ ਵੋਟਾਂ ਪਾਉਣਾ ਹੁਣ ਆ ਗਈਆਂ ਵੋਟਾਂ ਆ ਗਈਆਂ ਜ਼ਿਮੀਦਾਰ ਸਿਰਫ ਵੋਟਾਂ ਪਾਉਣਗੇ ਤੇ 5 ਸਾਲ ਖਾਣਗੇ 76 ਸਹੀ 5 ਸਾਲਾਂ ਤੋਂ ਬਾਅਦ ਦੁਬਾਰਾ ਫਿਰ ਅੱਲਾਹ ਖੈਰ ਕਰੇ ਇਸ ਮੌਜੂਦ ਤੇ ਆਉਂ ਤੇ ਫਿਰ ਤਾਂ ਟਰੈਕਟਰ ਇਸ ਮੁਲਕ 'ਚ ਤਾਂ ਕੋਈ ਲੈਣੇ ਨਹੀਂ ਚਾਹੀਦਾ ਹਾਂਜੀ ਜਿਵੇਂ ਹੁਣ ਤੁਸੀਂ ਲਾ ਲਓ ਮਿੱਲਤ ਵਾਲੇ ਆ ਗਾਜ਼ੀ ਵਾਲੇ ਆ ਉਹ ਜਿੱਥੇ ਮਰਜ਼ੀ ਟੁੱਟ ਜਾਂਦਾ ਜਿੱਥੇ ਮਰਜ਼ੀ ਉਹਦਾ ਬੇੜਾ ਗਰਕ ਹੋ ਜਾਂਦਾ ਇਸ ਮੁਲਕ 'ਚ ਨਾ ਕੋਈ ਪੁੱਛਣ ਵਾਲਾ ਨਾ ਕੋਈ ਇਸ ਮੁਲਕ 'ਚ ਕੋਈ ਕਾਨੂੰਨ ਨਾ ਦੀ ਸ਼ੈ ਕੋਈ ਸ਼ੈ ਨਹੀਂ ਬਸ ਅੱਲਾਹ ਹੀ ਹਾਫਜ਼ ਹੈ ਬਸ ਹੁਣ ਆ ਤੁਸੀਂ ਲਾ ਲਓ ਵੀ ਅਸੀਂ ਕਮਾ ਸੁੱਟਿਆ ਸਾਡੇ ਕੋਲ 250 ਨੂੰ ਲਿਆ ਇਹਨਾਂ ਨੇ ਸਹੀ ਠੀਕ ਹੈ ਜੀ ਮਿੱਲ ਵਾਲਿਆਂ ਹੁਣ ਜਨਾਬ ਉਹਨਾਂ ਨੇ ਜਦੋਂ ਗੰਨਾ ਬਿਲਕੁਲ ਖਤਮ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਆਲੇ ਦੁਆਲੇ ਕੋਈ ਵੱਟ ਦੇ ਵਿੱਚ ਗੰਨਾ ਨਹੀਂ ਠਹਿਰਿਆ ਤੇ ਉਹਨਾਂ ਨੇ ਕੀ ਕੀਤਾ 400 ਰੁਪਏ ਰੇਟ ਕਰਤਾ ਬੋਰੀ 500 ਰੁਪਏ ਵਧਾਤੀ ਸਹੀ ਤੇ ਗੰਨਾ 400 ਰੁਪਏ ਕਰਤਾ ਜੀ ਤੇ ਪੈਸੇ ਪੈਸੇ ਕੁਝ ਨਹੀਂ ਜੀ ਪੈਸੇ ਤਾਂ ਆਪਣੀ ਮਰਜ਼ੀ ਦੇ ਨਾ ਉਹਨਾਂ ਦੇ ਅੱਗੇ ਉਹ ਅੱਲਾ ਮਾਫੀ ਦੇਵੇ ਨਨਕਾਣੇ ਵਾਲੇ ਦੀ ਮਿਲ ਸੀ ਉਹ ਮੈਨੂੰ ਮੈਂ ਤਾਂ ਇੱਥੇ ਨਹੀਂ ਸੀ ਉਦੋਂ ਉਹਦੇ 54-55 ਕਰੋੜ ਰੁਪਈਆ ਲੈ ਕੇ ਲੋਕਾਂ ਦੀ ਜ਼ਿਮੀਦਾਰ ਇਹ ਜ਼ਿਮੀਦਾਰ ਮਹਿਕਮਾ ਜਿਹੜਾ ਹੈ ਨਾ ਇਹਨਾਂ ਯਤੀਮ ਯਹੂ ਮਹਿਕਮਾ ਹੈ ਬਿਲਕੁਲ ਯਤੀਮ ਯਹੂ ਗੂੰਗੇ ਬਣ ਕੇ ਬੈਠੇ ਰਹਿੰਦੇ ਬਸ ਅੱਲਾ ਖੈਰ ਕਰੇ ਜ਼ਿਮੀਦਾਰ ਸਿਰਫ ਵੋਟਾਂ ਪਾਉਣਗੇ ਤੇ 5 ਸਾਲ ਖਾਣਗੇ 76 ਉਹਨਾਂ ਦੀ ਟੈਕਨੋਲੋਜੀ ਕਿਉਂ ਅੱਗੇ ਸਾਡੀ ਟੈਕਨੋਲੋਜੀ ਕਿਉਂ ਪਿੱਛੇ ਹੈ ਹਾਂਜੀ ਅਸੀਂ ਇੰਡੀਆ ਨਾਲੋਂ ਤਕਰੀਬਨ ਮੇਰੇ ਅੰਦਾਜ਼ੇ ਨਾਲ ਮਤਲਬ 30 ਸਾਲ ਪਿੱਛੇ ਬਿਲਕੁਲ ਇਹ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਅਸੀਂ ਸਾਹੀਵਾਲ ਨਾਲੋਂ ਮੇਰਾ ਇਲਾਕਾ ਜਿਹੜਾ ਹੈਗਾ ਉਹ ਸਾਹੀਵਾਲ ਨਾਲੋਂ ਤਕਰੀਬਨ ਜਿਹੜਾ ਨਾ 20 ਸਾਲ ਪਿੱਛੇ ਹਾਂਜੀ ਅੱਛਾ ਦੁਬਈ ਨਾਲੋਂ ਅਸੀਂ 50 ਸਾਲ ਪਿੱਛੇ ਦੁਬਈ ਨਾਲੋਂ ਅਸੀਂ 5-7 ਸਾਲ ਪਿੱਛੇ ਇਸ ਲਈ ਮੈਂ 7 ਸਾਲ ਉੱਥੇ ਰਹਿ ਕੇ ਆ ਗਿਆ ਮੈਂ ਸਾਰਾ ਕੁਝ ਦੇਖਿਆ ਫਿਰ ਮੈਂ ਇੱਥੇ ਸਰਚ ਕਰਦਾ ਸੀ ਫਿਰ ਮੈਂ ਤੁਹਾਨੂੰ ਟੈਲੀਫੋਨ ਕੀਤਾ ਵੀ ਰੂਟਾਵਟਰ ਮੈਂ ਕਿੱਥੋਂ ਲਵਾਂ ਹਾਂਜੀ ਤੁਸੀਂ ਮੈਨੂੰ ਕਿਹਾ ਜੀ ਮਲਟੀ ਸਪੀਡ ਰੂਟਾਵਟਰ ਜਿਹੜਾ ਉਹ ਉੱਥੇ ਮਾਨ ਵਾਲੇ ਬਣਾਉਂਦੇ ਅੱਛਾ ਮੈਨੂੰ ਕੀਤਾ ਫੋਨ ਹੋਰ ਤੇ ਕਿਸੇ ਨੂੰ ਪੁੱਛਿਆ ਨਹੀਂ ਹੋਰ ਮੈਂ ਕਿਸੇ ਨੂੰ ਪੁੱਛਿਆ ਹੀ ਨਹੀਂ ਅਸਲ ਮੇਰਾ ਨਾਲ ਬੰਦਾ ਹੈਗਾ ਸੀ ਐਕਸਪਰਟ ਬੰਦਾ ਸੀ ਇਹ ਮੈਨੂੰ ਕਦੀ ਕਹਿੰਦਾ ਸੀ ਕਿਤੋਂ ਸਹੀ ਵਾਲਾ ਕੋਲ ਲੈ ਲਈਏ ਅਲੀ ਵਾਲਾ ਕੋਲ ਲੈ ਲਈਏ ਸਹੀ ਤੇ ਮੈਂ ਅਸੀਂ ਠੀਕ ਹੈ ਯਾਰ ਵੇਨੇ ਕਰਦੇ ਅਸਲ ਜੀ ਨਾ ਬਿਲਾਲ ਭਾਈ ਅਸੀਂ ਇਹਨਾਂ ਦੇ ਕੋਲੇ ਗਏ ਉੱਥੇ ਸਹੀ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਿਹੜੀ ਨਾ ਹਰ ਸ਼ਾਇ ਜਿਹੜੀ ਨਾ ਵਲਾਇਤੀ ਲਾਵਾਂਗੇ ਸਹੀ ਮੈਂ ਇਹਨਾਂ ਨੂੰ ਕਾਫੀ ਸਾਰੀਆਂ ਪੁੱਛਦਾ ਰਿਹਾ ਇਹਨਾਂ ਨੇ ਮੈਨੂੰ ਕਿਹਾ ਜੀ ਜਿਹੜੀ ਚਾਦਰ ਸਾਡੀ ਇਹ ਡਬਲ ਹੈ ਹਾਂਜੀ ਉਸ ਤੋਂ ਬਾਅਦ ਥੱਲੇ ਜਿਹੜੀ ਚਾਦਰ ਹੈ ਨਾ ਉਹ ਮੈਨੂੰ ਇਹਨਾਂ ਨੇ ਪੁੱਛਿਆ ਸੀ ਵੀ ਆਹ ਜਿਹੜੀ ਚਾਦਰ ਹੈ ਇਹ ਅਸੀਂ ਥੱਲੇ ਸਟੀਲ ਦੀ ਲਾਈਏ ਜਾਂ ਲੋਹੇ ਦੀ ਸਹੀ ਉਦੋਂ ਮੇਰੇ ਕੋਲ ਬਲੈਂਡਰ ਹੋ ਗਿਆ ਸਹੀ ਕਿ ਮੈਂ ਨਾ ਸਟੀਲ ਦੀ ਨਹੀਂ ਲਵਾਈ ਤੇ ਮੈਂ ਲੋਹੇ ਦੀ ਥੱਲੇ ਲਵਾਤੀ ਠੀਕ ਹੈ ਜੀ ਇਹ ਸੱਚ ਹੈ ਬਿਲਕੁਲ ਸਹੀ ਕਿ ਮੈਂ ਬਾਹਰ ਆਣ ਕੇ ਨਹੀਂ ਪਛਤਾਇਆ ਮੈਂ ਘਰੇ ਆਣ ਕੇ ਵੀ ਪਛਤਾਇਆ ਫਿਰ ਮੇਰਾ ਦਿਲ ਨੇ ਕਿਹਾ ਕਿਹਾ ਵੀ ਕਹਿ ਦੇ ਮੈਂ ਕਿ ਚੱਲ ਯਾਰ ਛੱਡ ਪਰਾਂ ਦੁਬਾਰਾ ਜੇ ਅੱਲਾ ਨੇ ਹਿੰਮਤ ਦਿੱਤੀ ਤੇ ਦੁਬਾਰਾ ਬਣਾਵਾਂਗੇ ਤੇ ਉਦੋਂ ਜਿਹੜਾ ਸਟੀਲ ਦੀ ਥੱਲੇ ਚਾਦਰ ਵਾਲਾ ਠੀਕ ਹੈ ਜੀ ਰੂਟਾ ਜੀ ਉਹਨਾਂ ਨੇ ਮੈਨੂੰ ਕਿਹਾ 15 ਦਿਨ ਮੈਂ ਉਹਨਾਂ ਨੂੰ ਕਿਹਾ ਤੁਹਾਡੇ ਵਾਸਤੇ ਟਾਈਮ 20 ਦਿਨ ਸਹੀ ਟਾਈਮ ਖੁੱਲਾ ਠੀਕ ਹੈ ਜੀ ਮੈਂ ਉਹਨਾਂ ਟੈਲੀਫੋਨ ਕੀਤਾ ਉਹਨਾਂ ਨੇ ਕਿਹਾ ਜੀ ਰੂਟਾ ਤੇਰਾ ਤਿਆਰ ਆਣ ਕੇ ਲੈ ਜਾ ਭਾਈ ਮੈਂ ਗਿਆ ਰੂਟਾ ਵੇਖਿਆ ਤਸੱਲੀ ਕੀਤੀ ਉੱਥੇ ਸਹੀ ਵਾਕਈ ਮੇਰੇ ਦਿਲ ਨੂੰ ਜਿਹੜੇ ਨਾ ਉਹ ਚੀਜ਼ਾਂ ਜਿਹੜੀਆਂ ਸੀ ਨਾ ਲੱਗੀਆਂ ਸਹੀ ਭਾਈ ਵਾਕਈ ਯਾਰ ਇਹਨਾਂ ਦਾ ਰੂਟਾ ਜਿਹੜਾ ਹੈ ਉਹ ਵਾਕਈ ਵਲਾਇਤੀ ਹੈ ਅੱਛਾ ਤੁਸੀਂ ਗੱਲ ਕੀਤੀ ਵੀ ਇੱਥੇ ਕੋਈ ਨਹੀਂ ਲਾਂਦਾ ਰੂਸੀ ਸਾਰੇ ਦੂਸਰਾ 2 ਨੰਬਰ ਮਾਲ ਲਾਈ ਜਾਂਦੇ ਨੇ ਹਾਂਜੀ ਇਹਨਾਂ ਦਾ ਜਿਹੜਾ ਮਾਲ ਲਾਇਆ ਤੁਸੀਂ ਉੱਥੇ ਦੇਖਿਆ ਉਹ ਕਿਵੇਂ ਦਾ ਲਾਇਆ ਅਸਲ 'ਚ ਪਤਾ ਕੀ ਇਹਨਾਂ ਦੇ ਜਿਹੜੇ ਨਟ ਬੁਲਟ ਆ ਨਾ ਹਾਂਜੀ ਉਹ ਵੀ A1 ਹੈ ਸਹੀ ਇਹਨਾਂ ਦੀ ਲੋਹੇ ਦੀ ਚਾਦਰ ਮਿਸਾਲ ਦੇ ਤੌਰ ਤੇ ਹੁਣ ਆ ਰੂਟਾ ਤੁਸੀਂ ਚੱਲਦਾ ਦੇਖੋਗੇ ਸਹੀ ਇਹਦੀ ਮਜਾਲ ਹੈ ਕੋਈ ਬਿਲਕੁਲ ਥਰਥਰਾਟ ਨਹੀਂ ਹੈਗੀ ਹਾਂਜੀ ਮਸਲੇ ਦਾ ਵਜ਼ਨ ਵੀ ਹੈ ਐਸੇ ਨਹੀਂ ਹੈ ਕਿ ਇਹਦਾ ਵਜ਼ਨ ਨਹੀਂ ਹੈ ਸਹੀ ਤੇ ਤੁਸੀਂ ਅਸੀਂ ਆ ਸ਼ਾਫਟ ਲਾ ਦਿੰਨੇ ਆ ਇਹਦਾ ਸਹੀ ਕ੍ਰਾਸ ਲਾ ਦਿੰਨੇ ਆ ਤੇ ਤੁਸੀਂ ਇਹਨੂੰ ਨਾ ਹੱਥ ਨਾਲ ਘੁਮਾ ਕੇ ਦੇਖੋ ਸਹੀ ਇਹ ਹੱਥ ਨਾਲ ਘੁਮੇਗਾ ਠੀਕ ਹੈ ਮਸਲ ਦੇ ਇੰਨਾ ਹਲਕਾ ਇਹਦਾ ਮਤਲਬ ਹੈ ਜਦੋਂ ਹੱਥ ਨਾਲ ਇਹ ਘੁੰਮਦਾ ਤੇ ਇਹਦਾ ਮਤਲਬ ਹੈ ਕਿ ਇਹ ਡੀਜ਼ਲ ਦੀ ਵੀ ਕਰ ਰਹੇ ਦੇ ਖਰਚੇ ਕੰਮ ਹੁਣ ਅਸੀਂ ਬਿਲਕੁਲ ਨਾ ਮੈਂ ਬੱਚਿਆਂ ਆਪਦਿਆਂ ਨੂੰ ਹਾਲਾਂਕਿ ਮੈਂ ਟਰੈਕਟਰ ਨਹੀਂ ਚਲਾਉਂਦਾ ਮੁੰਡੇ ਚਲਾਉਂਦੇ ਸਹੀ ਤੇ ਉਹ ਨਾ ਬਿਲਕੁਲ ਉਹਨਾਂ ਨੂੰ ਮੈਂ ਕਹਿੰਦਾ ਓਏ ਰੇਸ ਨਹੀਂ ਹੋਣੀ ਚਾਹੀਦੀ ਮੈਂ ਤੇ ਧੂੰਆਂ ਵਾਲ ਦੇ ਰਿਹਾ ਧੂੰਆਂ ਨੇ ਇਹ ਧੂੰਆਂ ਨਾ ਮਾਰੇ ਹਾਂਜੀ ਬਈ ਜੇ ਧੂੰਆਂ ਹੀ ਮਾਰਨਾ ਤੇ ਫਿਰ ਸਾਨੂੰ ਇਹਦੇ ਤੋਂ ਐਡਾ ਭਾਰਾ ਲੈਣ ਦੀ ਕੀ ਜ਼ਰੂਰਤ ਹੈ ਬਿਲਕੁਲ ਜੀ ਮਿਸਾਲ ਦੇ ਤੌਰ ਤੇ 2 ਲੱਖ ਸੀ ਹਾਲਾਂਕਿ ਸਾਨੂੰ ਇਹ ਨਵੀਦ ਮੇਰੇ ਨਾਲ ਸੀ ਸਾਨੂੰ 2,30,000 ਚ ਮਿਲਦਾ ਸੀ 48 ਸਹੀ ਅਜਾ ਫੈਸਲਾ ਬਦੋ ਮੈਂ ਉੱਥੋਂ ਨਹੀਂ ਲਿਆ ਮੈਂ 2,80,000 ਭਰਿਆ 50 ਫालतू ਭਰਿਆ ਠੀਕ ਹੋ ਗਿਆ ਜੀ ਬਰਾਏ ਮਿਹਰਬਾਨੀ ਕਰਕੇ ਜ਼ਿਮੀਦਾਰ ਵੀ ਅਗਰ ਜੇ ਰੂਟ
असल च बिलाल भाई ने ये अंदर ना उन्होंने वाशरा भी पाइया हाँ जी जिहड़ियां ना वो पछां बिल्कुल खिसकदी नहीं जिथों एक बार चूड़ी चढ़ गई वो दोबारा हिलदी नहीं सही लूज नहीं होंदी लूज नहीं होंदी अच्छा बाकी ये जो कुछ उन्होंने सानू दस्या सी जो उन्होंने सानू किया हाँ जी ओह ही कुछ उन्होंने लाया फौजी साहब ये दसो कि तुहानू ये रूटा किन्ने दा मिलिया सी ये मैंने मिला 2,80,000 2,80,000 का कि कदों की गल है ये तकरीबन हो गया ना 3 महीने 3 महीने तो हूँ रेट का कितने पहुंचे हूँ जी मैं अगले दिन टैलीफोन करन करदा सीगा एक मैं भाई नूं टैलीफोन किया तो वो कहिंदे जी मेरे ख्याल 3.5 लाख कोई यही रूट है तो गाजी मगर तो आम लोग पाते हैं 42 वाला हाँ जी तुम 48 वाला पाया 48 तो ट्रैक्टर को तंग तो नहीं किया सामने यार सुक्का वाण है बिल्कुल इन हम मेरा ख्याल कोई 1.5 महीने 2 महीने हो गया पानी लगे सही ते वेलो तो सामने सुक्का पट्टी जाता अच्छा फौजी साहब सिंगल आ रहे हैं जे डबल तो नहीं है हाँ जी सारा सिंगल लगे जिन्ना भी है तुम ये रूटावेटर जरा ना वीडियो देख के लिया जी वीडियो गलां बातें असं दसते हैं हाँ जी मैं अपनी गल करता पाया कोई हेराफेरी नजर आई नहीं 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 बिल्कुल बिलाल भाई ना हाँ जी तुम जो गल्ला कर रहे हो जिमीदार के हक च कर रहे हो सही तो जिमीदारा भी चाहिए थोड़ा जहा कोई अपनी कोई तंजीमें नौ कर ला हाँ जी अल्लाह वास्ते कोई यूनियन बना एक कोई यूनियन बना लेना कोई अल्लाह वास्ते कोई जड़ा ने इस मुल्क वास्ते इस जिमीदारा के यतीम युवा वास्ते जो आने वाली नसल है ना जिमीदार छड़ जाएगी इंडिया क्यों रो रहा है इंडिया का पंजाब रोन लग गया कि सारे मुंडे सारे जी कनेडा चले गए कोई कहना अमरीका चले गए कोई फराके दुबई च मेरे नाल काफ़ी सारे सिख रहे हैं वो कहते दसो असं यार की करिए उत्थे रह के कि बाहर ही आना हूँ जो साड़ी मड़ीर हम मेरे तीन बेटे हैं व्डा जोड़ा है उन्हें BSc की हुई है छोटा है उन्हें FA किया हुआ आ तेरे नाल खड़ा है FSc इन्हें की हुई है आपसे कुरान भी है ठीक है जी हूँ गांह 3rd year में जान फिर लेकिन कहने का मकसद यह कि असं बच्चे जिमीदार छड़ते नहीं आने वो वजह कि ना साढ़े को खाद पूरी हो रही है ठीक है जी हूँ जिन्ना सू आ ला लो तुम आज सरों निकली है 11 मन किले की निकली है हाँ तू मैं दस भी 11 मन किले का छबाई का ठेका नहीं बनता बिल्कुल जी है कि जो जो इस हो रहा है हाँ जी जुलम की इंतहा है जी कर लो जिनी करनी है अल्लाह खैर करे कल असं भी इतने ही हैं तुम भी इतने मैदान इशर ला जाना अल्लाह ने कुरान मजीद फरमाया आज तुम्हें मैं पैदा किया कल तुम दुनिया तो परसों तुम मौत च जाना है सही ठीक है जी इनशाला ਇਹ ਵੀ ਉੱਥੇ ਹੀ ਹੋਣਗੇ ਹਾਂਜੀ ਅਸੀਂ ਵੀ ਉੱਥੇ ਹੀ ਹੋਵਾਂਗੇ ਮਦਾਨੇ ਅਸ਼ਰ ਚ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਨਹੀਂ ਇਹ ਤੇ ਗੱਲਾਂ ਬਾਅਦ ਦੀ ਆ ਨਾ ਤੇ ਜਿੱਥੇ ਹੁਣ ਨਹੀਂ ਬਾਅਦ ਦੀ ਗੱਲ ਨਹੀਂ ਭਾਈ ਨਹੀਂ ਪਤਾ ਕੀ ਗੱਲ ਜਿਹੜਾ ਹੁਣ ਮੁਲਕ ਦਾ ਹਾਲ ਕਰਦੇ ਪਏ ਆ ਨਾ ਜਿਸ ਤਰ੍ਹਾਂ ਜ਼ਰਾਤ ਨਾ ਹੋ ਰਹੀ ਆ ਜ਼ਿਮੀਂਦਾਰ ਨਾ ਹੋ ਰਹੀ ਆ ਔਰ ਕਣਕ ਬਾਹਰੋਂ ਮੰਗਾ ਰਹੇ ਆ ਲਸਣ ਬਾਹਰੋਂ ਮੰਗਾ ਰਹੇ ਆ ਇਦਾਂ ਹੀ ਜੀ ਤੇ ਫਿਰ ਅਸੀਂ ਜ਼ਰਾਈ ਮੁਲਕ ਆਦਾ ਜੀ ਸਾਨੂੰ ਅਗਲੇ ਦਿਨ ਮੈਂ ਨਾ ਤੁਸੀਂ ਹਾਸੇ ਦੀ ਗੱਲ ਕਰਦੇ ਮੈਂ ਇੱਕ ਬੰਦੇ ਕੋਲ ਬੈਠਾ ਸੀ ਉਹ ਬੰਦਾ ਸੀ ਬੋਰਡ ਦਾ ਹਾਂਜੀ ਮੈਂ ਉਹਦੇ ਕੋਲ ਬੈਠਾ ਸੀ ਤੇ ਮੈਂ ਉਹਨੂੰ ਗੱਲ ਕੀਤੀ ਉਹਨੇ ਕਿਹਾ ਜੀ ਬੜੀ ਸਸਤੀ ਕਣਕ ਆਈ ਹੈ ਰੂਸ ਤੋਂ ਸਹੀ ਮੈਂ ਕਿਹਾ ਜੀ ਅੱਲਾ ਖੈਰ ਕਰੇ